ਕਿਤੇ ਵੰਜਾ ਕਈ ਪਾਸੇ ਮੂੰਹ ਨਹੀਂ ਕਰ ਸਕਦਾ ਮੈਂ ਘਰ ਦੇ ਵਿੱਚ ਕਈ ਸ਼ਹਿ ਨਹੀਂ ਬੱਚੀ ਬਰਬਾਦ ਥੀ ਗਿਆ ਮੈਂ ਨਾ ਕਿਤੇ ਬਸਤੀ 'ਚ ਨਿਕਲ ਸਕਦਾ ਨਾ ਕਈ ਬੰਦੇ ਦੇ ਮੱਥੇ ਲੱਗ ਸਕਦਾ ਇੱਕ ਇੱਕ ਬੰਦੇ ਕੋ ਨੂੰ ਪੈਸੇ ਕਿਤੇ ਮੈਂ ਕੋਈ ਤਾਂ ਮੈਂ ਕਿਹਾ ਕਾਰੋਬਾਰ ਚੱਲੇ ਕੋਈ ਨਹੀਂ ਚੱਲਿਆ ਕਾਰੋਬਾਰ ਇਹ ਮਤ ਕੌਣ ਆ ਗਏ पीछा की थी वजह मेरा जीवन हराम करी तेने कि तू चाह मैं पैसे जरा महीने को देवा सवेरे शाम खड़का ही खड़े दरवाजा साढ़े पैसे कट साढ़े पैसे कट और मेरे कहीं होवन तो मैं देवा हूं मैं क्या करा और निकल वे बाहर ना मुरादा निकल उधार की ना वैसे मिनता कर रहे और देवन वाले तेको मौत हम दिए बाहर इन लोगों ने पहले के मेरे नाल ज्यादती करन मेरे को मंदे कढ़न मेरे को जलील करन पूरी बस्ती दे विच मेरा मरण ही चंगा है इने कोना निकल से किवे हमसे दरवाजा भन्नो बमसे सुभान अल्लाह दरवाजा भन्नो ते देख ले को माल ले पिंजे से ना पाको पकड़ दे अल्लाह सही है मेरे को माफ करे मैं दुनिया तो तंग थी ते तेरे कने अमदा पिया मेरे कने ब्याह हुन कोई रास्ता कहनी बस मेरे कने हुन ब्याह कोई रास्ता कहनी आपे इन्हें कुछ जेल मेरी मौत की खबर लग से ना नीच निकलता क्या करूं सवाल भला उन खड़के ना था खड़ा आवे था भन्नो भन्नो दरवाजे पर निकलो चला लिया मेरी लाश को नू पैसे वसूल कर गिरन पर निकल चला ली मनुसा बाहर लुकिया देख प्याज बाहर आवे सही बाहर के मैं लगता भाने में ਬਾਦ ਲੱਤਾਂ ਦਾ ਜਿਹੜਾ ਬੰਨਣ ਮੈਂ ਤਾਂ ਹੀ ਨੂੰ ਅੱਜ ਪੈਸੇ ਗਿਣਦੇ ਵੇ ਸਨ ਤਾਂ ਅੱਜ ਮੈਂ ਇੱਥੇ ਬੈਠਾ ਦਰਵਾਜ਼ੇ ਦੇ ਵਿੱਚ ਜਿੱਦ ਤੱਕ ਬਾਹਰ ਨਹੀਂ ਨਿਕਲਦਾ ਨਾ ਬਰਾਦੇ ਕੀ ਕਰੇਂਦਾ ਪੈ ਦੇਖਦੀ ਕਰੀ ਖੜੀ ਖੁਦਕੁਸ਼ੀ ਕਰੇਂਦਾ ਖੜਾ ਤੇ ਲੈ ਲੈ ਕਿਉਂ ਕਿਉਂ ਕਿਆ ਤੇ ਕੋ ਤਾਂ ਪਤਾ ਸਵੇਰੇ ਸ਼ਾਮ ਮੇਰਾ ਦਰਵਾਜ਼ਾ ਖੜਕਾ ਹੀ ਕੜੇ ਪੈਸੇ ਕੱਢ ਉਹ ਮੈਂ ਕਸਮਾ ਚਾ ਚਾ ਤੇ ਥੱਕ ਪਿਆ ਮੇਰੇ ਕਨੇ ਪੈਸੇ ਕਹਿ ਨਹੀਂ ਮੈਂ ਕਿਹੜੇ ਪਾਸੇ ਵਜਾਂ ਕੋਈ ਕੰਮ ਹੈ ਕਹਿਣਾ ਬੇਰੋਜ਼ਗਾਰੀ ਦੇਖੋ ਕਿਤਨੀ ਹੈ ਮਹਿੰਗਾਈ ਹੈ ਜਿਹੜਾ ਸਿਰ ਕੋ ਨੂੰ ਚੜ ਗਈ ਹੈ ਗਰੀਬ ਬੰਦੇ ਹੁਣ ਫਾਸੀ ਨਾ ਗਿਨਣ ਤੇ ਬਿਆ ਕਿਆ ਕਰਨ ਉਹਨੇ ਕੋਈ ਅਹਿਸਾਸ ਸਮਝੇ ਕਿਸੇ ਕੋਈ ਸਸਤਾਣ ਕਰੋ ਕੋਈ ਗਰੀਬੇ ਦਾ ਸੋਚੋ ਅੱਜ ਜਿਵੇਂ ਗਰੀਬੇ ਦਾ ਉਹ ਨਹੀਂ ਸੋਚੇਂਦੇ ਇਹ ਕਿਥੋਂ ਸੋਚੇ ਸਨ ਤੇ ਤੂੰ ਨਾ ਕਰੇ ਕਰਦਾ ਚਾਹਤਾ ਕਿਉਂ ਆਵੀ ਨਾ ਚਾਵੇਂ ਆ ਖੁਸ਼ੀ ਕੋ ਨੂੰ ਚਾਹਤਾ ਹਾਂ ਓਏ ਘਰ ਚਲਾਉਣ ਵਾਸਤੇ ਚਾਹਤਾ ਹਾਂ ਜਿਵੇਂ ਬਿਜਲੀ ਦਾ ਬਿੱਲ ਇਤਨਾ ਆਵਜੇ ਘਰ ਦੇ ਵਿੱਚ ਅੱਟਾ ਨਾ ਹੋਵੇ ਖਾਣ ਵਾਸਤੇ ਮੈਂ ਕੋ ਦਸਾ ਕਿਆ ਕਰਾਂ ਮੈਂ ਮੈਂ ਤਾਂ ਇਹੋ ਸੋਚ ਤੇ ਕਰਜ਼ਾ ਚਾਹਤਾ ਮੈਂ ਕਿ ਹੱਕ ਹਮਸਾਇਨ ਯਾਰ ਦੋਸਤ ਇਹ ਮੈਂ ਕੋ ਕਿਆ ਪਤਾ ਜੋ ਮੈਂ ਕੋ ਇਤਨਾ ਜ਼ਲੀਲ ਕਰੇ ਸਨ ਤੇਰਾ ਖੁਦਕੁਸ਼ੀ ਕਰਨ ਨਾਲ ਮਸਲਾ ਹੱਲ ਥੀ ਵੈਸੀ ਹਾਂ ਠੀਕ ਹੈ ਹੱਲ ਥੀ ਵੈਸੀ ਨਾ ਮੈਂ ਹੋਸਾ ਤੇ ਨਾ ਉਹ ਮੈਂ ਕੋ ਮੇਰੀ ਜਾਨ ਕੋ ਰੋਸਨ ਮੇਰੇ ਬਾਰੇ ਨਹੀਂ ਵੀ ਸੋਚਿਆ ਕਿ ਤੇਰੇ ਬਾਅਦ ਮੇਰਾ ਕੀ ਬਣ ਸੀ ਤੇਰਾ ਹੁਣ ਅੱਲਾ ਵਾਰੇ ਸੇ ਮੈਂ ਥੱਕ ਪਿਆ ਹਾਂ ਜ਼ਿੰਦਗੀ ਕਨੂ ਆਵੇ ਨਾ ਭੰਨੋ ਦਰਵਾਜ਼ੇ ਕਿਆ ਹੈ ਕਿਆ ਹੈ ਓਏ ਕਿਉਂ ਦਰਵਾਜ਼ੇ ਭੰਨੀ ਬੰਦੋ ਕਿਆ ਹੈ ਸਹੀ ਉਧਾਰ ਕੇ ਨਾ ਪੈਸੇ ਨਹੀਂ ਦੇਦਾ ਬਿਆ ਕੇ ਲੁਕਾ ਬੈਠੇ ਅੰਦਰ ਇਹ ਤਾਂ ਹੈ ਨਾ ਮੁਰਾ ਚੰਦਰਾ ਮੈਂ ਆਪ ਉਹਦੇ ਕੋਲੋਂ ਪੈਸੇ ਗਿਣ ਲੈਣ ਅੱਛਾ ਤੁਸੀਂ ਵੀ ਕਰਜ਼ੇ ਆ ਲਿਓ ਮਾਂ ਵਾਲਾ ਰਲ ਤੇ ਗਿਣ ਨੂੰ ਸਹੀ ਅਸਾਂ ਤਰੇ ਵੀ ਹੂੰ ਤੁਸੀਂ ਵੀ ਆ ਗਏ ਚੌਥੇ ਹੱਥ ਮਾਰ ਕੱਢੋ ਸਨ ਬਾਹਰ ਨਿਕਲੋ ਇਹ ਮੇਰੀ ਜਾਨ ਕਹਿਣਾ ਛੁੜੇ ਸਨ ਤੇ ਮੈਂ ਕੁਮਰ ਆਂਡੇ ਬਸ ਮੈਂ ਪਾਗਲ ਤੇ ਨਾ ਤੱਲੇ ਲੈ ਖੁਦਕੁਸ਼ੀ ਹਰਾਮ ਹੈ ਮੈਂ ਕੋਈ ਪਤਾ ਖੁਦਕੁਸ਼ੀ ਹਰਾਮ ਹੈ ਲੇਕਿਨ ਹੀ ਮਾਸ਼ਰੇ ਜੀਵਣੇ ਵੀ ਹਰਾਮ ਹੈ ਜਿਤਾਈਓ ਜੇ ਜ਼ਾਲਮ ਲੋਕ ਹੋਵਨ ਜਿਨੇ ਕੋ ਅਹਿਸਾਸ ਹੀ ਕਹਿਣੀ ਹੈ ਗਰੀਬ ਦਾ ਕਰਜ਼ਾ ਦਾ ਕਰਜ਼ਾ ਮਤਲਬ ਤੂੰ ਸੂਦ ਬੜਾ ਹੀ ਕੜੇ ਜਿਹਦੇ ਕੋ ਨੂੰ ਮੈਂ 50,000 ਕਿਤੇ ਅੱਜ ਉਹਦਾ 5,00,000 ਰੁਪਇਆ ਬਣ ਗਏ ਸੂਦ ਲਈ ਜਾਂਦੇ ਨੇ ਸੂਦ ਤੇ ਸੂਦ ਲਈ ਜਾਂਦੇ ਨੇ ਇੱਕ ਬੰਦੇ ਕੋ ਨੂੰ 10,000 ਰੁਪਇਆ ਕਿਦਾਮ 20,000 ਨੂੰ ਕੋ ਦੇ ਚੁੱਕਾ ਕਸਮਾ ਕੁਰਾਨਾ ਨਾਲ ਚਾਹਤੇ ਮੈਂ ਕਿਹਾ ਯਾਰ ਮੈਂ ਤੇਰੇ ਪੈਸੇ ਦੇ ਦਿੱਤੇ ਆਖੇ ਨਹੀਂ ਇਹ ਪਿਛਲੇ ਮਹੀਨੇ ਤੂੰ ਕਹਿਣਾ ਦਿੱਤਾ ਵੀ ਤੇ 10,000 ਰੁਪਇਆ ਲੱਗ ਗਏ ਮੈਂ ਕਿਆ ਕਰਾਂ ਇਸ ਸੂਦ ਖੋਰੇ ਦੇ ਖਿਲਾਫ ਨਾ ਕੋ ਸੁਚੇ ਦੇ ਤੇ ਨਾ ਕੋ ਗਾਲ ਲੱਗ ਬਾਦ ਸਾਰੇ ਨਸਲਾਂ ਹੀ ਤਬਾਹ ਥੀ ਵੰਦੇ ਨਹੀਂ ਚੱਕਰੇ ਅੱਛਾ ਜਲਾਲੀ ਮੇਰੀ ਇੱਕ ਗੱਲ ਸੁਣ ਮੈਂ ਸੁਣਾ ਇਹ ਗੱਲ ਤੂੰ ਉਵੇਂ ਪਾਤੀ ਖੜਾ ਤੂੰ ਠੀਕ ਹੈ ਆਪਾਂ ਇਹੋ ਡਰਾਮਾ ਚੱਕ ਰਹੇ ਨੇ ਆ ਮੈਂ ਉਹਨਾਂ ਕੋ ਆਧੀਆਂ ਮਰ ਗਏ ਜਾਨ ਛੁੱਟਵੇ ਸੀ ਸਾਡੀ ਅਸਾਂ ਇਥੋਂ ਬੇਸ਼ਰ ਚਲੇ ਗਏ ਸੂ ਅੱਛਾ ਹਾਂ ਬਸ ਠੀਕ ਹੈ ਇਹ ਰੱਸੀ ਉਹਨੇ ਕੋ ਦਿਖਾ ਦੇ ਮੈਂ ਤੇ ਹੁਣ ਕੀ ਆਖੇਂਦੇ ਹੋ ਕੀ ਆਖੇਂਦੇ ਘੰਟਾ ਦੀ ਗਈ ਸੀ ਦਰਵਾਜ਼ਾ ਖੜਕੇ ਲੈ ਕਰੂ ਬਾਹਰ ਹੀ ਨਹੀਂ ਆਉਂਦਾ
ਏ ਵੀ ਤਾਂ ਤੀਸਕ ਤੇ ਜੋ ਘਰ ਨਾ ਹੋਵੇ ਉਹ ਵੈ ਸਹੀ ਮੇਰੇ ਅੱਖੀ ਦੇ ਕੋ ਘਰ ਗਏ ਹੁਣ ਦਰਵਾਜ਼ਾ ਨਹੀਂ ਖੁੱਲੇਗਾ ਘਰ ਵੜ ਗਏ ਸੀ ਘਰ ਵੜ ਗਏ ਮੇਰੀ ਗੱਲ ਸੁਣੋ ਜੀ ਕਿਵੇਂ ਉਹ ਬਾਹਰ ਕਹਿਣਾ ਹਮਸੇ ਤੁਸਾਂ ਮੈਂ ਕੋਈ ਤੋ ਦੀਵਾਰ ਟੱਪੋ ਠੀਕ ਹੈ ਅੰਦਰ ਵੈਂਦਾ ਉਹ ਬਸੇਂਦਾ ਤੇ ਵਾਲਾ ਮੈਂ ਤੋ ਸਾਰ ਗਿੰਦਾ ਪਰ ਠੀਕ ਹੈ ਜੀ ਹਾਲ ਹੀ ਹੋ ਆਈਂਦਾ ਜੀ ਲੋ ਆਓ ਮਾਮਾ ਗੁੱਲੂ ਖਿਆਲ ਨਾਲ ਵਣੀ ਹਾਂ ਮਾਮਾ ਅੰਦਰ ਹੋਏ ਨਾ ਤਾਰ ਧੀਰ ਧੀਰ ਮਹਿਸੂਸ ਆ ਚੜ ਵਣੋ ਮਾਮਾ ਗੁੱਲੂ ਦੀਵਾਰ ਟੱਪ ਹੈ ਗਲਤ ਪਾ ਗਲਤ ਪਾ ਗਲਤ ਪਾ ਗਲਤ ਪਾ ਆ ਮੈਂ ਬੇਵਤੀ ਗਈ ਮੈਂ ਮਰ ਗਈ ਮੈਂ ਲੁੱਟੀ ਗਈ ਇਹ ਕੀ ਹੈ ਕੱਟਿਆ ਲਿਆ ਨੇ ਮੇਰੇ ਘਰ ਵਾਲੇ ਦੀ ਜਾਨ ਗਿਣ ਕੇ ਦੀ ਥਿਆ ਕੀ ਹੈ ਤੁਹਾਡੇ ਕਰਦੇ ਨੇ ਜਾਨ ਗਿਣ ਕੇ ਦੀ ਮੇਰੇ ਘਰ ਵਾਲੇ ਦੀ खुद को शिकार की थी वो यार मामा गुल्लू अंदर वांदे सोम पे एक इतनी देर दी पर मामा गुल्लू तू तो दरवाजा खोल है अल्लाह अकबर खर 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 एक मिनट ये क्या ना उनको सडन गयो बे को तू नहीं मान खर मैं मिकल यहां पे आते ले सब मैं की दिखा आओ ओए आओ आओ बैठे किथा बैठे क्या है किथा बैठे खुद को शिकार की थी वो लड़का खड़े हुए ओबा केले क्या बाहर के भाई हो कुत्ता देखो कुछ छोड़ो मिल गई थोड़ी जान को तसल्ली हुन घिना मेरे घर वाले दी लाश केने पैसे 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 लाए होए अबे तोड़े करदे ने मेरे घर वाले दी जान घेन के दिए बीबी असा को एदा कहना पता ना जे खुदकुशी कर किन से हुन असा ता को कहना क्या ते भी मार जेवा दरवाजा फन्नी वेंदे अबे क्या करयो छो ता घर दी एक एक छै वेग गई है साडी खावण जोगे बर्तन के नहीं बचे तोड़ा कर्जा ला ला के मेरा घर वाला पागल थी गई है तोड़े कर्जे ना लांदे यार उ तो सोत ते सोत लाई वेंदे वे तू स मेरे घर वाले ने कातिल ही वे कातिल मैं तो को कढ़ाई माफ ना करे सा ओ बीबी हुन सा को तना पता जो वो इतना बड़ा कदम चा खर से हुन तो क्या कर सकदू ए पैसे को सफा ले सु एक शो ने अपनी जिंदगी खत्म कर दी है तोड़ी वजह तो दी जिंदगी गई है तुसा उंदे जिम्मेदारी वे मेरी थी बस हौसला कर असा असा को अपना कर्जा माफ कीता सभी को कर्जा माफ कर दिता बेबी असा रे आलो माफ है कर्जा खुदा को आज नजर करके आखो सा को माफ कीता मु माफ कर दिता बीबी माफ कर दो और मरे हुए को सा क्या गिनसु बस बीबी तसल्ली ठीक है असा माफ कर दिता ताको जुलोवे जुलो जुलो असा माफ कीता बीबी क्या ही हम ले को दान डरवा मुंह सीधा कर एजेंट से तक तिकणा गए हम गए माफ कर गए हर छै पहली दफा कोई चंगा मशवरा दीती मेरी जान बच गई यकीन मर मैं जज्बात ही च आ ते सच्ची मुच्ची दा मरण आलम जोल चलो ना छोट गई तेरी जान कर जा ना कने हाय रे मियां किमे खड़ो इता हां भी मामा गुल्लू एको हाल देना खणा चौथी रात है मैं को ता नींद नहीं आंदी क्यों खैर है बाबा जलाली खा पे जावे ने तेरे ख्वाब च क्यों आवे ने बाबा ओ जो अपनी वजह तो खुदकुशी कीती ए ता एक कत्ल दा कत्ल है अच्छा मामा गुल्लू या सब खैर ए दसा कोई सुनी सुनाई ओ मई अपने ओते कोई पर्चा शर्चा ता नहीं करवाया हां बे सारे मालूमात कर आया मई शोदी दाढ़ी चंगी लगी है अपना किथे ना ही कंस कीता बस यार चलो शुक्र है निसिक दा बाकी ए कत्ल से अपनी वजह तो है बस यार सूझा जा रहा है मेरे भी ख्वाब है खुद जला लिए हमने आ ते कहले मेरा गिरेबान पकड़न पाए वे ने मैं को तो खुद नींद नहीं आती भैया जी की गाल करी मामा गुल्लू थोड़ा वहम होसे भाई मैं वहम होसे तू चुप कर खड़ बल्कि मेरी गाल सुन जी मैं तो मई शोदी बेवा थी गई है हां मामा ते आपा जुलद ना उंदी थोड़ी जी इमदाद कर आऊं हक बढ़ते मामा वैसे आपड़ा मैं दादा उंदी जुल के थोड़ी जी इमदाद कर आऊं दूं हां मामा शायद अल्लाह ही राजी थी पवे ते जलाली दी रूह कोई सुकून आ वने ओ सी जुल्लू जुल्लू सही ਹੁਣ ਤਾਂ ਸਕੂਨ ਦੀ ਨੀਂਦ ਰਮਦੀ ਏ ਸ਼ੁਕਰ ਏ ਸਿਰ ਤੋਂ ਕਰਜ਼ਾ ਲਹਿ ਗਿਆ ਹੁਣ ਮੈਂ ਸੁਚੇਂਦਾ ਬੇਟਾ ਕਿਤੇ ਮਿਹਨਤ ਮਜ਼ਦੂਰੀ ਕਰਾਂ ਕੋਈ ਚਾਰ ਪੈਸੇ ਕਮਾਵਾਂ ਕੋਈ ਘਰ ਕੋ ਸੈੱਟ ਕਰਵਾਉਂ ਜਾਂ ਕਿਤੇ ਸ਼ਿਫਟ ਥੀ ਜੁਲੂ ਹਾਂ ਸਹੀ ਸੁਚੇਂਦਾ ਬੈਠੇ ਕਰਨਾ ਚਾਹੀਦਾ ਕੰਮ ਇਹ ਕੌਣ ਆ ਗਿਆ ਮੈਂ ਕੋ ਕਿਆ ਪਤਾ ਤੂੰ ਵੇ ਮੈਂ ਦੇ ਦਿਆਂ ਆ ਦੇਖ ਆਵਾਂ ਜਲਾਲੀ ਮਾਮਾ ਗੁੱਲੂ ਤੇ ਉਹਨੇ ਨਾਲ ਸਾਰੇ ਆਏ ਖੜੇ ਨੇ ਇਹ ਨਾ ਮੁਰਾਦ ਹੁਣ ਕੀ ਕਰਨਾ ਹੈ ਉਹ ਮੈਂ ਮਰ ਗਿਆ ਉਹਨੇ ਕੋ ਪਤਾ ਲੱਗ ਗਿਆ ਹੁਣ ਘਰ ਕਾ ਘਰ ਪਟਣਾ ਹੈ ਕਿ ਹੁਣ ਉਸ ਤਾਂ ਬੋਲ ਘਰ ਪਟਣਾ ਹੈ ਕਿ ਹੁਣ ਕੀ ਹੈ ਇਹਨੇ ਕੋ ਹੁਣ ਕੀ ਕਰੂੰ ਤੂੰ ਹੀ ਮੈਂ ਕਰ ਤੂੰ ਇਹਨੇ ਕੋ ਛੱਡ ਹੁਣ ਮੈਂ ਇਹਨੇ ਦਾ ਬੰਦੋਬਸਤ ਕਰਨਾ
देखदा मैं ये वला किवें वड़दन घर दे विच वन सड्डा बर्तने दी पानी दी कई चीज दी लोड कैनी एक ता असा ते नाल वो अरमान कर रहा जो जलाली शोदा भरी जवानी है अल्लाह को प्यारा थी के ब्याह ते को कहीं चीज दी भी जरूरत होवे ना तू मैं कोई मैं समझ अपना सक्का मामा समझते आखी हां अदी तू बिल्ला जीजा के दास रे ऐसा को कोई शादी भी जरूरत होवे ता हां मैं दसे सा बिरा क्यों ना लाजमी दसे सा मेरे को चीज चीज सब तू देवण तैयार है से ए लाला चाहिए सी मैं दसे सा मैं क्यों ना दसे सा बिराडू मामा मैं लाजमी दसे सा ए जलाली नी खाली ए किदे देखो तो सही देखो भी सही हां देखो ये तो हू बहुत जलाली वाली कार है हां यार ब्याह तेरे पियो वाली कार है आवाज की तो आई है ओ जलाली दी रूह सी हां मैं तो वाकया ना रात को मेरे खाबेच भी हम दिए मेरे को खुद को आई है हां क्या थे काय मारे क्या है मेरे को कहीं कुछ धप मारे आए चप कर खड़े ईवे कहीं क्या नहीं मारा अच्छा हां क्या है मामा मेरे को क्यों मारी मामाए तेरे को कदा मारे मैं मजाक ना कर कौन मार गए अदी मेरे को ही मारी है चाच ना ना जलाली दी रूह होसी हां हां रूह थप्पा ही मरेंदी है लत्ता ही मरेंदी है वादी ਇਵੇਂ ਲੱਗਦਾ ਜਿਵੇਂ ਖੁਦ ਸਾਡੇ ਨਾਲ ਖੜਾ ਹੋਵੇ ਮੈਂ ਕੋਈ ਲੱਗਦਾ ਮੇਰੇ ਕੋਲ ਰੋਟੀ ਵੀ ਮੰਗਦੇ ਹੈ ਹਾਂ ਰੂ ਰੋਟੀ ਵੀ ਮੰਗਦੀ ਹੈ ਤੁਹਾਡੇ ਕੋਲ ਰਿਸ਼ਤਾ ਹੀ ਮੰਗਸੀ ਅੱਛਾ ਮੈਂ ਵੀ ਅਸਾਂ ਹੁਣ ਵੇਨੇ ਪਿਓ ਤੇ ਕੋਈ ਚੀਜ਼ ਦੀ ਜ਼ਰੂਰਤ ਹੋਵੇ ਨਾ ਸਭ ਫੋਨ ਕਰ ਲੈਣੀ ਹਾਂ ਮੈਂ ਕਰ ਲੈਂਦਾ ਹਾਂ ਅਭੀ ਤੇ ਕੋ ਮੈਂ ਮਹੀਨੇ ਦਾ ਰਾਸ਼ਨ ਸਟਵਾ ਰੇ ਸਾਂ ਯੋ ਜਿੰਦੇ ਜੀ ਸਟਵਾ ਰੇ ਨੇ ਆਦਾ ਗਲਤੀ ਸੀ ਕਿ ਇਹ ਸਾਲੇ ਕੋ ਨੂੰ ਸਾਕੋ ਕਿਆ ਪਤਾ ਜੋ ਤੂੰ ਇਥੇ ਸਾਲਾ ਪਿੱਛਾ ਕਰੇ ਸੇ ਮਮਾ ਹਾਂ ਠੀਕ ਹੈ ਵਣੋ 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 ਠੀਕ ਹੈ ਰੁਕ ਵਣੋ ਕਿਉ ਭਲਾ ਹੀ ਘਰ ਦੇ ਵਿੱਚ ਨਾ ਵੀ ਜੋ ਤੁਸੀਂ ਤੁਸਾ ਘਰ ਦੀ ਗੱਲ ਕਰ ਦੋ ਅਸਾਂ ਦਾ ਨਾ ਇਹ ਗੱਲੀਏ ਚਾਉਸੂ ਨਾ ਹੀ ਇਲਾਕੇ ਚਾਉਸੂ ਹਾਲੀ ਤਾ ਕੋ ਥੱਪਾ ਪੈਨ ਤਾਰੀ ਕਿਚੀ ਘੋਟ ਤੇ ਮੈਂ ਤਾ ਕੋ ਮਾਰ ਹੀ ਸਕਦਾ ਚਲੋ वांज मेरे वास्ते रोटी चावा क्या खाई रोटी चावा मरे माया ओके ते ए भी ता माया आई आई मजे मजे होणी ने ता पियो सारी जिंदगी ना आवे हां देख कैसा लगे आईडिया तो आप अगर कोई कर्जदार तंग करे दे ता मिट्टी मुंह को मल ते खाड़ वणो खुश खबरी खिलो ते हसो शाला पे बसो खुशियां बहारा कीते थी वो रेडी घेंते आए हां टीवी कॉमेडी सारे यूट्यूब चैनल टीवी कॉमेडी को सब्सक्राइब करो ते घंटी दे बटन को जरूर दबाओ ताकि सारिया रोज दिया वीडियो तुहां तक आसानी नाल पहुंच सकें।